ਲੋ ਜੀ ਇਹ ਵੀਰ ਜੀ, ਲੋ ਜੀ ਪਹੁੰਚ ਗਏ ਦੁਬਈ। ਬੜਾ ਜ਼ਬਰਦਸਤ ਵਿਊ। ਉਹ ਐਕਚੁਅਲੀ ਕੱਲ੍ਹ ਦੇ ਨਿਕਲੇ ਹੋਏ ਆ। ਚਲੋ ਮਿਊਜ਼ੀਅਮ 15 ਕਿਲੋਮੀਟਰ। ਆ ਗਏ ਜੀ ਫਰਾਰੀ ਵਰਲਡ। ਲੋ ਜੀ ਇਹ ਵੀਰ ਜੀ, ਸਾਨੂੰ ਲੈਣ ਆਏ ਆ ਇੱਥੇ ਸੜਕ ਤੋਂ ਦਮਰ ਤੋਂ। ਵੀਰ ਜੀ ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ, ਬਹੁਤ 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 ਧੰਨਵਾਦ ਜੀ। ਇਹ ਦੇਖੋ ਪਹੁੰਚ ਗਏ ਜੀ ਦੁਬਈ। ਹੁਣ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ। ਇਹ ਇੰਨਾ ਬਿਜ਼ੀ ਟਰਮੀਨਲ ਨਹੀਂ ਹੈ, ਇੱਥੇ ਬੜਾ ਈਜ਼ੀ ਕਰਕੇ ਤੁਸੀਂ ਛੇਤੀ ਤੋਂ ਛੇਤੀ ਪਹੁੰਚ ਜਾਂਦੇ ਹੈ, ਕਿਉਂਕਿ ਇੱਥੇ ਸਿਰਫ ਐਮਰੇਟਸ ਹੀ ਹੈ ਆਉਂਦੀ ਹੈ ਫਲਾਈਟ, ਹੋਰ ਕੋਈ ਨਹੀਂ। ਮੈਂ ਐਮਰੇਟਸ ਤੋਂ ਆਇਆ ਇਸ ਕਰਕੇ ਟਰਮੀਨਲ 3 'ਤੇ ਉਤਰਿਆ ਸੀ ਦੁਬਈ 'ਚ। ਬਾਕੀ ਬਾਈ ਜੀ ਹੈ ਸਾਨੂੰ ਲੈਣ ਆਇਆ, ਉਹ ਜਾ ਰਹੇ ਕਿਉਂਕਿ ਆਏ ਹੋਏ ਇੱਥੇ ਆਪਣੀ। ਬਾਕੀ ਦਿਖਾਉਂਦੇ ਤੁਹਾਨੂੰ ਅੱਗੇ ਬਾਹਰ ਨਿਕਲ ਕੇ ਕੀ ਹੈ ਕੀ ਨਹੀਂ। ਇਹ ਬਾਈ ਜੀ ਉਹਨਾਂ ਦੀ ਗੱਡੀ ਹੈ ਇੱਥੇ ਵੱਡੇ ਵਾਲੀ। ਵਾਹ ਗ੍ਰੇਟ। ਅੱਛਾ ਕਿਹੜੀ ਪਲੀਸ ਤੁਸੀਂ ਆਉਣਾ? ਲਓ ਜੀ ਪਹੁੰਚ ਗਏ ਦੁਬਈ ਏਅਰਪੋਰਟ ਤੋਂ ਵੀਰ ਜੀ ਸਾਨੂੰ। ਇਹ ਨਿੰਦੀ ਵੀਰ, ਇਹਨਾਂ ਨੂੰ ਕਿਹਾ ਹੋਇਆ ਸੀ ਅਤੇ ਬੜਾ ਕੀਮਤੀ ਟਾਈਮ ਕੱਢ ਕੇ ਲੈਣਾ ਹੈ ਸਾਨੂੰ ਇੱਥੇ। ਬਾਕੀ ਤੁਹਾਨੂੰ ਦਿਖਾਉਂਦੇ ਨਜ਼ਾਰਾ ਇੱਥੇ ਦਾ ਦੁਬਈ ਦਾ। ਗਰਮੀ ਐਕਚੁਅਲੀ ਸੀਗੀ ਜਦੋਂ ਏਅਰਪੋਰਟ ਤੋਂ ਨਿਕਲੇ, ਪਤਾ ਲੱਗਿਆ ਡੈਫੀਨੇਟਲੀ ਵੀ ਹੈਗਾ ਗਰਮ ਕਾਫੀ। ਬਟ ਚਲੋ ਥੋੜ੍ਹੇ ਦਿਨ ਇੱਥੇ ਅਸੀਂ, ਕਿਹੜਾ ਬਹੁਤ ਲੰਬਾ ਸਮਾਂ ਹੈ। ਦੇਖੋ ਜੀ ਦੁਬਈ ਦੀਆਂ ਸੜਕਾਂ ਨੀਟ ਐਂਡ ਕਲੀਨ। ਬਾਕੀ ਬਾਈ ਜੀ ਦੀ ਗੱਡੀ ਬੜੀ ਤਕੜੀ ਹੈ। ਨਿਸ਼ਾਨ ਦੀ ਭਾਅ ਜੀ ਇਹ ਠੁੱਲੀ ਠੁੱਲੀ ਜੀ ਪਿੱਛੇ ਸਾਡੇ ਲਗੇਜ, ਅਸੀਂ ਤਾਂ ਸੋਚਦੇ ਸੀ ਮੈਟਰੋ 'ਤੇ ਜਾਊਂਗੇ ਲਗੇਜ ਲੈ ਕੇ, ਬਟ ਇਹ ਕੰਮ ਔਖਾ ਜਾਣਾ ਤਾਂ ਮੈਟਰੋ 'ਚ। ਜਾ ਰਹੇ ਜੀ ਹੋਟਲ, ਏਅਰਪੋਰਟ ਦੇ ਨੇੜੇ ਸੀ, ਬਟ ਘੁੰਮਦੇ ਘੁੰਮਾਉਂਦੇ ਅੰਦਰ ਉਹਨਾਂ ਨੂੰ ਕਾਫੀ ਪੈ ਜਾਂਦਾ ਹੈ। ਜਦੋਂ ਅਸੀਂ ਪਾਉਂਦੇ ਔਨਲਾਈਨ ਤਾਂ ਨੇੜੇ ਦਿਖਾਉਂਦਾ ਹੈ ਵੀ ਐਵੇਂ ਕਰਕੇ ਇੰਨੇ ਮਿੰਟ 'ਤੇ। ਲਓ ਜੀ ਉਹ ਆ ਗਿਆ ਸਾਹਮਣੇ ਸਾਡਾ ਹੋਟਲ ਨੋਵੋਟਲ। ਉਹ ਦੇਖੋ ਇਹ ਬਿਲਕੁਲ ਸਾਹਮਣੇ ਕੈਰੀ ਫੋਰ ਦਾ ਸਟੋਰ ਸੀ, ਜਿਹੜਾ ਕੈਰੀ ਫੋਰ ਸਾਹਮਣੇ ਹੀ ਹੈ, ਕੈਰੀ ਫੋਰ ਦਹਿਰਾ ਦਾ ਸਟੋਰ। ਇੱਥੇ ਵੀ ਅੱਛਾ ਹੁੰਦਾ ਨਾ ਮਟੀਰੀਅਲ ਇਹਨਾਂ ਦਾ ਕੈਰੀ ਫੋਰ ਫਰੈਸ਼ਰ 'ਤੇ। ਵੈਸੇ ਵੀ ਮੈਂ ਦੇਖਿਆ ਇੱਕੇ ਰੇਟ ਹੁੰਦੇ ਨਾ, ਵਧੀਆ ਰਹਿੰਦਾ ਬੰਦਾ, ਕਨਫਿਊਜ਼ ਨਹੀਂ ਹੁੰਦਾ ਕਿ ਯਾਰ ਕਿਸੇ ਹੋਰ ਨੂੰ ਮਹਿੰਗਾ ਨਾ ਪੈ ਜਾਵੇ, ਸਸਤਾ ਨਾ ਪੈ ਜਾਵੇ। ਇਹ ਨੋਵੋਟੈਲ ਹੈ, ਨਾਲੇ IBIS ਏਅਰਪੋਰਟ ਦੇ ਨੇੜੇ ਬਹਿਰਾ ਸਿਟੀ ਸੈਂਟਰ ਸਟੇਸ਼ਨ, ਇਹਦੇ ਵਿੱਚ ਇਹ ਹੈ ਹੋਟਲ। ਜੀ ਪਹੁੰਚ ਗਏ ਹੋਟਲ। ਬਾਈ ਜੀ ਦਾ ਬਹੁਤ ਬਹੁਤ ਫਿਰ ਤੋਂ ਧੰਨਵਾਦ, ਅੱਜ ਵੀ ਇਹਨਾਂ ਨਾਲੇ ਅਸੀਂ ਇੱਕ ਦੋ ਦਿਨ। ਆ ਗਏ ਜੀ ਨੋਵੋਟੈਲ, ਚੈਕਿੰਗ ਕਰਨਾ। ਲਓ ਜੀ ਰੂਮ ਦੇਖੋ ਕਿੰਨਾ ਵਧੀਆ, ਜ਼ਬਰਦਸਤ ਵਿਊ ਵੀ ਬੜਾ ਤਕੜਾ। ਇਹ ਬੈੱਡ ਅਤੇ ਬੱਚੇ ਲੱਗੇ ਹੋਏ ਸ਼ਰਾਰਤਾਂ ਕਰਨ ਆਪਣੀਆਂ। ਇੱਧਰ ਬਾਥਰੂਮ ਵਿਦ ਬਾਥਟਬ ਐਂਡ ਦਿਸ ਇਜ਼ ਆ ਟੋਇਲੈਟ ਐਂਡ ਦਿਸ ਇਜ਼ ਸ਼ਾਵਰ ਏਰੀਆ। ਐਂਡ ਸਭ ਤੋਂ ਵਧੀਆ ਗੱਲ, ਫਿਰ ਤੋਂ
ਜੋ ਕਿ ਹਮੇਸ਼ਾ ਇਹ ਸੋਫਾ ਐਂਡ ਵਿਊ ਦੇਖੋ, ਬੜਾ ਜ਼ਬਰਦਸਤ ਵਿਊ, ਨਾਈਸ, ਵੈਰੀ ਨਾਈਸ। ਬਾਕੀ ਧੰਨਵਾਦ ਬਹੁਤ ਬਹੁਤ ਮਹਿੰਦੀ ਬਾਈ ਦਾ ਜਿਹੜੇ ਸਾਨੂੰ ਲੈਣ ਆਏ ਇੱਥੇ। ਲਓ ਜੀ ਦੁਬਾਰੇ ਹੋ ਕੇ ਤਿਆਰ, ਚੱਲ ਪਏ ਹੁਣ, ਚੱਲੇ ਹੁਣ ਦੁਬਈ ਮਾਲ ਵੱਲ ਨੂੰ ਘੁੰਮਣ ਲਈ, ਬਾਹਰ ਨਿਕਲਣ ਲੱਗੇ। ਬਾਈ ਜੀ ਨੇ ਵੇਟ ਕਰ ਰਹੇ, ਮਹਿੰਦੀ ਬਾਈ ਉਹ ਬੈਠੇ ਰਿਸੈਪਸ਼ਨ ਦੇ ਸਾਹਮਣੇ ਹੀ, ਨਹਾਉਣ ਲੱਗ ਗਏ ਤੇ ਜੀ, ਤਾਂ ਟਾਈਮ ਲੱਗ ਨਹਾਉਣ ਲੱਗ ਗਏ ਸੀ ਉਹ, ਐਕਚੁਲੀ ਕੱਲ੍ਹ ਦੇ ਨਿਕਲੇ ਹੋਏ ਹੈ। ਹਾਂਜੀ ਦੇਖ, ਹਾਲੇ ਤਾਂ ਵੈਸੇ ਕੋਈ ਹੈ ਨਹੀਂ ਉਹਦਾ ਜੀ ਖਾਣ ਦਾ ਭੁੱਖ ਦੀ। ਚਲੋ ਦੇਖ ਲੈਂਦੇ, ਸ਼ਾਵਰਮਾ, ਸ਼ਾਵਰਮਾ ਚਿਕਨ, ਹਾਂ ਚਿਕਨ ਸ਼ਾਵਰਮਾ ਇਹ ਤਾਂ ਇਹਨੇ ਥੋੜ੍ਹੀ ਮਨਾ। ਆ ਗਏ ਜੀ ਇੱਥੇ, ਚੱਲੇ ਬਾਈ ਜੀ ਉਹਨਾਂ ਨਾਲ ਹੁਣ ਘੁੰਮਣ। ਲਓ ਜੀ ਬਾਈ ਜੀ ਉਹਨਾਂ ਇੱਧਰ ਲੈ ਕੇ ਆ ਰਹੇ, ਕੋਈ ਸ਼ੌਪ ਹੈ ਕਹਿੰਦੇ, ਇੱਥੇ ਪਹਿਲਾਂ ਥੋੜ੍ਹਾ ਬਹੁਤਾ ਫੂਡ ਖਾ ਲਈਏ ਫਿਰ ਚੱਲਦੇ। ਹਾਂ ਇਹਦੇ ਅੰਦਰ ਆਏ ਅਸੀਂ, ਇਹ ਇੱਧਰਲੀ ਸਾਈਡ ਹੈ ਬੈਕ ਸਾਈਡ ਤੋਂ, ਅੰਦਰ ਸਲੂਨ ਮਾਰਕੀਟ ਵਗੈਰਾ ਹੈ। ਹੈਂ ਕਿੱਥੇ? ਹਾਂ ਇਹ ਸਲੂਨ ਹੈ ਜੀ ਇੱਥੇ ਦੁਬਈ 'ਚ। ਇੱਥੋਂ ਐਕਚੁਅਲੀ ਅਸੀਂ ਹੁਣ ਖਾਣ ਲਈ ਫੂਡ ਲੈਣਾ, ਨਾਲ ਪੈਕ ਕਰਾ ਕੇ, ਛੋਟੀ ਮੋਟੀ ਰਿਫਰੈਸ਼ਮੈਂਟ ਹੈ ਇੱਕ ਤਰ੍ਹਾਂ ਦੀ, ਅਤੇ ਖਾ ਕੇ ਫਿਰ ਨਿਕਲਦੇ। ਨਿੰਦੀ ਵੀਰ ਬਹੁਤ ਪਿਛਲਾ ਕਰ ਰਹੇ ਜੀ, ਇਹ ਗੱਡੀ ਹੈ ਬਾਈ ਉਹਨਾਂ ਦੀ, ਕਾਫੀ ਚੰਗੀ, ਬਲੈਕ ਸ਼ੀਸ਼ੇ ਹੈ ਪੂਰੇ, ਇਹ ਪਿੱਛੋਂ ਨਿਸ਼ਾਨ ਵਾਲਿਆਂ ਦੀ ਹੈ। ਬਾਈ ਇੱਥੋਂ ਮਾੜਾ ਮੋਟਾ ਫੂਡ ਖਾ ਕੇ ਫਿਰ ਅਸੀਂ ਅੱਗੇ ਨਿਕਲਣਾ। ਹੁਣ ਨਿਕਲ ਗਏ ਜੀ, ਫੂਡ ਲੈ ਲਿਆ, ਬੱਚੇ ਕਰ ਰਹੇ ਫੂਡ ਇੰਜੋਏ। ਧੰਨਵਾਦ ਪਹਿਲ ਤਾਂ ਮਿੰਦੀ ਵੀਰ ਦਾ, ਫਿਰ ਇਹ ਦੇਖੋ ਬੱਚੇ ਬੈਠੇ, ਦੇਖਦੇ ਹੁਣ ਕਿੱਥੇ ਪਹੁੰਚਦੇ ਆ। ਚਲੋ ਮਿਊਜ਼ੀਅਮ, ਉਹ ਪਿੱਛੇ ਬੁਰਜ ਖਲੀਫਾ ਦੇਖ ਰਿਹਾ ਏ, ਇੱਥੋਂ ਪਤਾ ਲੱਗਦਾ ਦੁਬਈ ਦੇ ਕਿੰਨੀ ਵੱਡੀ ਵੱਡੀਆਂ ਬਿਲਡਿੰਗਾਂ। ਇੱਥੇ ਵੀ ਆਉਂਗੇ ਅਸੀਂ, ਅੱਜ ਥੋੜ੍ਹਾ ਲੰਬਾ ਟੂਰ ਕੱਢੀਏ, ਪਹਿਲਾਂ ਆਬੂ ਧਾਬੀ ਜਾਣ ਦਾ ਵਿਚਾਰ ਹੈ ਹਿੰਦੀ ਵੀਰ ਨਾਲ। ਕਹਿੰਦੇ ਵੀ ਫਰਾਰੀ ਵਰਲਡ, ਫਰਾਰੀ ਵਰਲਡ ਹੈ ਨਾ, ਉਹ ਦੇਖ ਕੇ ਆਉਣਾ ਜੇ ਉੱਧਰ ਨੂੰ ਜਾ ਰਹੇ ਹੋ, ਕਿਉਂਕਿ ਇਹ ਤਾਂ ਨੇੜੇ ਹੀ ਹੈ ਲੋਕਲ ਹੈ ਸਾਡੇ, ਉਹ ਥੋੜ੍ਹਾ ਜਿਹਾ ਦੂਰ ਹੈ, ਫਿਰ ਇਸ ਕਰਕੇ ਮੈਂ ਉਹ ਕੱਢੇ ਹੀ ਹੈ ਟੂਰ ਲੰਬੇ ਵਾਲਾ। ਸ਼ਾਮ ਦਾ ਬਾਕੀ ਦੇਖਦੇ ਕੀ ਪ੍ਰੋਗਰਾਮ ਬਣਦਾ ਜਦੋਂ ਵਾਪਸ ਆਉਂਦੇ ਹਾਂ। ਇਹਦੇ ਨਾਲ ਨਾਲ ਸਾਡੇ ਕਾਰਾਂ ਦੀ ਮਾਰਕੀਟ ਪੂਰੀ ਹੈ, ਸਾਰੀਆਂ ਕਾਰ ਦੇ ਸ਼ੋਰੂਮ ਹੈ,
2007 ਦੇ 2007 ਆਏ ਹੋ ਨਾ ਵੀਰ ਜੀ ਤੁਸੀਂ? ਹਾਂਜੀ 2007 ਤੋਂ ਹੀ ਇੱਥੇ ਦੁਬਈ 'ਚ ਕੰਮ ਕਰਦੇ ਹਾਂ, ਬੜਾ ਚੰਗੇ ਲੈਵਲ ਦਾ ਹੁਣ ਇਹਨਾਂ ਦਾ ਤਾਂ ਸਭ ਤੋਂ ਬੜੀ ਗੱਲ ਜੀ ਜਿਹੜਾ ਟਾਈਮ ਕੱਢਦਾ ਸਾਡੇ ਲਈ ਇਹ ਬਹੁਤ ਬੜੀ ਗੱਲ ਹੈ, ਨਹੀਂ ਕਿੱਥੇ ਟਾਈਮ ਨਿਕਲਦਾ ਕਿਸੇ ਕੋਲ ਜਾ ਰਹੇ ਹਾਂ ਜੀ ਦੁਬਈ ਕ੍ਰੋਸ ਕਰਦੇ ਹੋਏ ਆਬੂ ਧਾਬੀ ਵੱਲ ਫਰਾਰੀ ਵੱਲ ਦੇਖਣ ਲਈ। ਇੱਥੇ ਜਿਹੜੀ ਸਪੀਡ ਲਿਮਿਟ ਹੈ ਉਹ 120 ਹੈ, ਇਸ ਤੋਂ ਬਾਅਦ ਫਿਰ ਅੱਗੇ ਜਾ ਕੇ 150 ਦੇ ਕਰੀਬ ਹੋ ਜਾਣੀ ਹੈ। ਉਹ 125 ਘੰਟੇ 'ਚ ਪਹੁੰਚ ਕੇ ਉੱਥੇ ਟਾਈਮ ਸਪੈਂਡ ਕਰਕੇ ਫਿਰ ਅਸੀਂ ਵਾਪਸ ਆਈਏ, ਬਾਕੀ ਇੰਜੋਏ ਫਿਰ ਇੱਧਰ ਦੁਬਈ ਆ ਕੇ ਕਰੂੰਗੇ ਭਾਈ ਉਹਨਾਂ ਨਾਲ। ਚਲੋ ਆ ਗਏ ਜੀ ਦੁਬਈ ਤੋਂ ਬਾਹਰ, ਇੱਥੇ ਸਪੀਡ ਲਿਮਿਟ 150, ਗੱਡੀ ਸਾਡੀ ਹੈਗੀ ਹੈ 150 ਨਹੀਂ 130-135 'ਤੇ ਜਿਸ ਸਪੀਡ ਨਾਲ ਜਾ ਰਹੇ ਮਤਲਬ ਛੇਤੀ ਉਹ ਪਹੁੰਚੂਗੇ। ਸਾਰੀ ਵਰਲਡ